ਇੱਕ ਤਾਂ ਸੁੰਡੀ ਨੇ ਕਿਸਾਨਾਂ ਨੂੰ ਵਾਹ ਪਾਇਆ ਹੋਇਆ, ਉੱਪਰੋਂ ਜਿਹੜਾ ਮੈਟਰੀਬਿਊਜਨ ਕਣਕਾਂ ਸਾੜ ਰਹੀ ਹੈ। ਇਸ ਵੀਡੀਓ 'ਚ ਆਪਾਂ ਗੱਲ ਕਰਦੇ ਹਾਂ ਕਿ ਮੈਟਰੀਬਿਊਜਨ ਨਾਲ ਇਸ ਸਾਲ ਕਣਕ ਕਿਉਂ ਸੜ ਰਹੀ ਹੈ, ਕੀ ਇਹਦੇ ਨਾਲ ਝਾੜ ਘਟਦਾ, ਅਤੇ ਇਸ ਨੂੰ ਵਰਤਣ ਲੱਗਿਆਂ ਕਿਹੜੀਆਂ ਸਾਵਧਾਨੀਆਂ ਵਰਤਣੀਆਂ। ਮੇਰੇ ਕਿਸਾਨ ਵੀਰ ਨੇ ਇੱਕ ਵੀਡੀਓ ਭੇਜੀ ਹੈ ਅਤੇ ਮੈਸੇਜ ਦਿੱਤਾ ਕਿ ਕਿਸਾਨ ਵੀਰਾਂ ਨੂੰ ਇਸ ਸੰਬੰਧੀ ਸੁਚੇਤ ਕੀਤਾ ਜਾਵੇ। ਦੋਸਤੋ, ਪਿਛਲੇ ਸਾਲ 'ਚ ਤੁਸੀਂ ਇਹੀ ਦਵਾਈ ਵਰਤੀ ਹੋਣੀ ਹੈ, ਬਹੁਤ ਵਧੀਆ ਕੰਟਰੋਲ ਹੋਇਆ ਹੋਣਾ, ਕਣਕ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੋਣਾ, ਪਰੰਤੂ ਇਸ ਸਾਲ ਇਹ ਕਿਉਂ ਸੜ ਰਹੀ ਹੈ? ਕਾਰਨ ਇਹ ਹੈਗਾ ਹੈ ਕਿ ਜਦੋਂ ਵੀ ਤੁਸੀਂ ਮੈਟਰੀ ਬਿਊਜਨ ਜਾਂ ਆਲੂ ਵਾਲੀ ਜਿਹੜੀ ਦਵਾਈ ਹੈ ਉਹਨੂੰ ਖੇਤ ਦੇ ਵਿੱਚ ਸਪਰੇਅ ਰਾਹੀਂ ਜਾਂ ਯੂਰੀਆ ਨਾਲ ਰਲਾ ਕੇ ਛਿੱਟਾ ਦਿੰਦੇ ਹੋ, ਤਾਂ ਉਸ ਤੋਂ ਬਾਅਦ 'ਚ 10-12 ਦਿਨ ਘੱਟੋ ਘੱਟ ਖੇਤ ਦੇ ਵਿੱਚ ਪਾਣੀ ਨਹੀਂ ਲੱਗਣਾ ਚਾਹੀਦਾ ਜਾਂ ਮੀਂਹ ਨਹੀਂ ਪੈਣਾ ਚਾਹੀਦਾ। ਤਾਂ ਇਸ ਸਾਲ ਹਾਲਾਤ ਇਹ ਹੋਏ ਵੇ ਹੈ ਕਿ 10 ਦਿਨ ਲੰਘਦੇ ਨਹੀਂ ਬਾਰਿਸ਼ ਹੋ ਜਾਂਦੀ ਹੈ ਤਾਂ ਫਿਰ ਇਹ ਦਵਾਈ ਖੇਤ ਚੱਕੀ ਜਾਂਦੀ ਹੈ, ਨੁਕਸਾਨ ਕਰ ਰਹੀ ਹੈ। ਪਹਿਲੀ ਗੱਲ ਤਾਂ ਇਹਨੂੰ ਵਰਤਣ ਤੋਂ ਪਰਹੇਜ਼ ਕਰੋ। ਜੇ ਵਰਤਣੀ ਹੈ ਤਾਂ ਇੱਕ ਚੰਗੇ ਕਿਸਾਨ ਦੀ ਜਾਣਕਾਰੀ ਲੈ ਕੇ ਵਰਤੋ। ਵਟਸਐਪ ਗਰੁੱਪਾਂ 'ਚ ਤਾਂ ਲੋਕ ਕਹੀ ਜਾਂਦੇ ਕਿ ਅਸੀਂ 200 ਗ੍ਰਾਮ ਵਰਤ ਲਈਏ। ਹੁਣ ਇੱਕ ਕਿਸਾਨ ਜਿਹਦੇ ਖੇਤ 'ਚ ਮੈਗਨੀਜ਼ ਦੀ ਘਾਟ ਹੈ, ਖੇਤ 'ਚ ਰੇਤਲਾ ਹੈਗਾ, ਉਸ ਖੇਤ 'ਚ ਤੁਸੀਂ 100 ਗ੍ਰਾਮ ਵੀ ਯੂਰੀਆ 'ਚ ਲਾ ਕੇ ਪਾਓਗੇ ਤਾਂ ਉਹਨੇ ਨੁਕਸਾਨ ਕਰ ਦੇਣਾ। ਇਸ ਕਰਕੇ ਆਪਦੇ ਪਿੰਡ ਦੇ ਸਿਆਣੇ ਕਿਸਾਨ ਦੀ ਰਾਏ ਲੈ ਕੇ ਆਪਦੇ ਰਿਸਕ 'ਤੇ ਇਹਨੂੰ ਵਰਤੋ ਜੇ ਵਰਤਣੀ ਹੈ। ਅਤੇ ਜੇ ਵਰਤ ਰਹੇ ਹੋ ਤਾਂ ਫਿਰ ਵੀ ਪਹਿਲੀ ਗੱਲ ਤਾਂ ਵਰਤੋ ਨਾ, ਜੇ ਵਰਤਣੀ ਹੈ ਤਾਂ ਘੱਟੋ ਘੱਟ 10-12 ਦਿਨ ਖੇਤ ਦੇ ਵਿੱਚ ਪਾਣੀ ਨਹੀਂ ਆਉਣਾ ਲਾਉਣਾ ਚਾਹੀਦਾ ਅਤੇ ਨਾ ਹੀ ਖੇਤ ਦੇ ਵਿੱਚ ਕੋਈ ਬਾਰਿਸ਼ ਹੋਣੀ ਚਾਹੀਦੀ ਹੈ, ਜੇ ਆ ਗਈ ਤਾਂ ਨੁਕਸਾਨ ਕਰੇਗੀ। ਹੁਣ ਦੂਜੀ ਗਲਤੀ ਤੁਸੀਂ ਨੂੰ ਖਿਲਾਰਨ ਲੱਗੇ ਕਰਦੇ ਹੋ। ਜੇ ਵਰਤਣੀ ਹੈ ਤਾਂ ਘੱਟੋ ਘੱਟ 1 ਬੋਰੀ ਯੂਰੀਆ ਦੀ ਲਓ। ਜਿਹੜੇ ਹੁਣ ਪਿਛਲੇ ਸਾਲ ਦੇ ਕਿਸਾਨਾਂ ਦੇ ਤਜਰਬੇ ਦੱਸਦੇ ਆ ਕਿ 1 ਬੋਰੀ ਯੂਰੀਆ ਦੇ ਵਿੱਚ 1/2 ਲੀਟਰ ਡੀਜ਼ਲ ਨਾਲ ਯੂਰੀਆ ਚੰਗੀ ਤਰ੍ਹਾਂ ਗਿੱਲੀ ਕਰ ਲਈ, ਫਿਰ ਉਹਦੇ ਵਿੱਚ ਜਿੰਨੀ ਮਾਤਰਾ ਉਹਨਾਂ ਨੇ ਮੈਟਰੀ ਬਿਊਜਨ ਜਾਂ ਆਲੂ ਵਾਲੀ ਦਵਾਈ ਛਿੜਕ ਪਾਉਣੀ ਹੈ ਉਹ ਚੰਗੇ ਤਰੀਕੇ ਨਾਲ ਝੱਸ ਲਈ ਤਾਂ ਕਿ ਉੱਡ ਕੇ ਪੱਤਿਆਂ 'ਤੇ ਨਾ ਜੰਮੇ, ਫਿਰ ਖੇਤ 'ਚ ਵਰਤੀ। ਵਰਤਣ ਲੱਗਿਆਂ ਛਿੱਟਾ ਦੇਣ ਲੱਗਿਆਂ ਧਿਆਨ ਰੱਖਿਆ ਕਿ ਛਿੱਟਾ ਇੱਕ ਸਾਰ ਆਵੇ, ਜਿੱਥੇ ਡਬਲ ਛਿੱਟਾ ਵੱਜੂਗਾ ਕਣਕ ਜਾਊਗੀ। ਖੇਤ ਦੇ ਵਿੱਚ ਪਾਣੀ ਨਹੀਂ ਖੜਾ ਹੋਣਾ ਚਾਹੀਦਾ ਇਹਨੂੰ ਵਰਤਣ ਲੱਗਿਆਂ। ਜਦੋਂ ਮੈਂ ਪਹਿਲੀ ਵੀਡੀਓ ਦੇ ਵਿੱਚ ਮੈਟਰੀਬਿਊਜਨ ਦੀ ਗੱਲ ਕੀਤੀ ਸੀ, ਮੈਂ ਉਦੋਂ ਵੀ ਤੁਹਾਨੂੰ ਇਹ ਦੱਸਿਆ ਸੀਗਾ ਕਿ ਜੇ ਉੱਪਰੋਂ ਪਾਣੀ ਲੱਗ ਗਿਆ, ਜੇ ਬਾਰਿਸ਼ ਹੋ ਗਈ, ਜੇ ਕਿਤੇ ਦੂਰੀ ਪੈ ਗਈ ਤਾਂ ਇਹਦੇ ਨਾਲ ਤੁਹਾਡਾ ਨੁਕਸਾਨ ਹੋਏਗਾ। ਹੁਣ ਬਹੁਤੇ ਵਾਰੀ ਕੀ ਹੁੰਦਾ ਹੈ ਕਿ ਕਿਸਾਨ ਵੀ ਉੱਗਿਆ ਹੋਇਆ ਗੁੱਲੀ ਡੰਡਾ ਤੇਰੇ ਨਾਲ ਮਾਰ ਲੈਂਦੇ ਹੈ, ਪਰੰਤੂ ਜਿਹੜਾ ਨਵਾਂ ਉੱਗ ਰਿਹਾ ਗੁੱਲੀ ਡੰਡਾ ਉਹਦਾ ਕੀ ਕੰਟਰੋਲ ਹੋਏਗਾ? ਤਾਂ ਇਹਨੇ ਉਹ ਵੀ ਨਹੀਂ ਰੋਕਣਾ। ਹੁਣ ਝਾੜ ਦੀ ਗੱਲ ਹੈ, ਕਿਸਾਨ ਵੀਰ ਕੀ ਕਰਦੇ ਹੈ ਕਿ ਪਹਿਲਾਂ ਗੁੱਲੀ ਡੰਡਾ ਵੱਡਾ ਹੋਣ ਦਿੰਦੇ ਹੈ ਅਤੇ ਇਸ ਦਵਾਈ ਨੂੰ 45-50 ਦਿਨ 'ਤੇ ਜਾ ਕੇ ਵਰਤਦੇ ਹੈ, ਕਿਉਂਕਿ ਜੇ ਇਹਨੂੰ 25 ਦਿਨ ਤੋਂ ਪਹਿਲਾਂ 30 ਦਿਨ ਤੋਂ ਪਹਿਲਾਂ ਵਰਤੋਂਗੇ ਤਾਂ ਵੀ ਕਣਕ ਦਾ ਨੁਕਸਾਨ ਹੈ। ਅਤੇ ਜਦੋਂ ਤੁਸੀਂ ਵੱਡੀ ਉਮਰ ਦੀ ਕਣਕ 'ਤੇ ਬੀਜਦੇ ਹੋ ਤਾਂ ਜਿਹੜਾ ਝਟਕਾ ਵੱਡੀ ਉਮਰ ਦੀ ਕਣਕ 'ਤੇ ਸਪਰੇਅ ਕਰਦੇ ਹੋ ਤਾਂ ਜਿਹੜਾ ਇਹਨੇ ਝਟਕਾ ਮਾਰਿਆ ਉਸ ਝਟਕੇ ਦੇ ਨਾਲ ਝਾੜ ਉੱਥੇ ਵੱਡੀ ਉਮਰ 'ਤੇ ਜਾ ਕੇ ਘਟੇਗਾ ਹੀ ਘਟੇਗਾ। ਤਾਂ ਦੋਸਤੋ, ਇਹ ਦਵਾਈ ਜੇ ਤੁਹਾਡੀ ਮਜਬੂਰੀ ਹੈ ਤਾਂ ਚੰਗੇ ਤਰੀਕੇ ਦੇ ਨਾਲ ਸਹੀ ਛਿੱਟਾ ਦੇ ਕੇ ਆਪਦੇ ਏਰੀਏ ਦੇ ਹਿਸਾਬ ਦੇ ਨਾਲ ਮਾਤਰਾ ਚੁਣ ਕੇ ਇਹਨੂੰ ਪਾਓ। ਜੇ ਪਾਉਣੀ ਹੈ ਤਾਂ ਉਸ ਤੋਂ ਬਾਅਦ ਖੇਤ ਦੇ ਵਿੱਚ ਜਲਦੀ ਬਾਰਿਸ਼ ਨਹੀਂ ਹੋਣੀ ਚਾਹੀਦੀ, ਖੇਤ ਦੇ ਵਿੱਚ ਜਲਦੀ ਪਾਣੀ ਨਹੀਂ ਲੱਗਣਾ ਚਾਹੀਦਾ। ਪਰੰਤੂ ਇਸ ਸਾਲ ਤਾਂ ਹਾਲਾਤ ਮਿਲਣੇ ਔਖੇ ਹੈ, ਜਿਹਦੇ ਕਰਕੇ ਮੈਂ ਬੇਨਤੀ ਕਰਾਂਗਾ ਕਿ ਇਹਨੂੰ ਨਾ ਵਰਤੋ। ਜੇ ਫਿਰ ਵੀ ਵਰਤਣੀ ਹੈ ਤਾਂ ਆਪਣੇ ਰਿਸਕ 'ਤੇ ਕਿਸੇ ਸਮਝਦਾਰ ਕਿਸਾਨ ਦੀ ਰਾਏ ਲੈ ਕੇ, ਕਿਸੇ ਸਿਆਣੇ ਕਿਸਾਨ ਦੀ ਜਿਹੜਾ ਕਿ 2-3 ਸਾਲਾਂ ਤੋਂ ਇਹਨੂੰ ਵਰਤ ਰਿਹਾ ਹੋਵੇ, ਫਿਰ ਹੀ ਖੇਤ ਦੇ ਵਿੱਚ ਇਸਤੇਮਾਲ ਕਰੋ। ਨਹੀਂ ਤਾਂ ਦਵਾਈਆਂ ਬਹੁਤ ਹੈ, ਆਪਣੀ ਨਦੀਨਾਂ ਵਾਲੀ ਵੀਡੀਓ ਅਪਲੋਡ ਕੀਤੀ ਸੀ ਉਹਨੂੰ ਦੇਖੋ, ਉਹ 'ਚੋਂ ਕੋਈ ਚੰਗੀ ਦਵਾਈ ਚੁਣ ਕੇ ਤੁਸੀਂ ਉਹਨੂੰ ਖੇਤ ਦੇ ਵਿੱਚ ਵਰਤ ਸਕਦੇ ਹੋ। ਨਹੀਂ ਤਾਂ ਕਣਕ ਦਾ ਨੁਕਸਾਨ ਹੋਵੇਗਾ, ਪਹਿਲਾਂ ਸੁੰਡੀ ਨੇ ਖੇੜਾ ਨਹੀਂ ਛੱਡਿਆ, ਹੁਣ ਇਹ ਨੁਕਸਾਨ ਕਰਨ ਲੱਗ ਪਈ ਤਾਂ ਮਾੜਾ ਹਾਲ ਹੋਏਗਾ। ਤਾਂ ਉਮੀਦ ਕਰਦਾ ਹੈ ਕਿ ਜਾਣਕਾਰੀ ਚੰਗੀ ਲੱਗੀ ਹੋਏਗੀ ਤਾਂ ਹੁਣ ਹੋਰ ਕਿਸਾਨਾਂ ਦੀਆਂ ਫਸਲਾਂ ਨਹੀਂ ਸੜਨਗੀਆਂ। ਜਿਹੜੇ ਵੀ ਸਪਰੇਅ ਕਰ ਰਹੇ ਆ ਉਹ ਸਪਰੇਅ ਵੀ ਬੜੇ ਧਿਆਨ ਨਾਲ ਕਰਨ, ਕਿਉਂਕਿ ਇਹ ਦੋਵੇਂ ਪਾਸੇ ਨੁਕਸਾਨ ਕਰਦੀ ਹੈ।